ਲੱਗਦਾ ਬਾਹਰ ਪ੍ਰਾਹੁਣੇ ਆ ਗਏ। ਆਪਣੀ ਮੰਮੀ ਵਰਗਾ ਹੈ। ਅੱਛਾ ਅੱਛਾ ਅੱਛਾ, ਲਓ ਵੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੈ। ਆ ਮੂੰਹ ਮਿੱਠਾ ਕਰੋ, ਮੁੜ ਕੇ ਮੈਨੂੰ ਵੀ ਛੇਤੀ ਆ। ਲੈ ਬੇਟਾ ਤੂੰ ਚੱਲ। ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ, ਹੁਣ ਪੈਲਸ ਕਰ ਲਓ ਵਧੀਆ ਜਿਹਾ ਜੀ। ਬਸ ਜੀ, ਉਹ ਤਾਂ ਹਾਂ ਮੇਰੀ ਜਾਨੂ, ਮੈਂ ਤੁਹਾਨੂੰ ਮਿਲਣ ਲਈ ਕਿਹਾ ਸੀ ਤੇ ਜਨਾਬ ਅੱਜ 3 ਦਿਨ ਹੋ ਗਏ ਨੇ। ਉਹ ਗੁੱਸਾ ਨਹੀਂ ਕਰੀਦਾ ਯਾਰ, ਆ ਜਾਊਂਗਾ ਮਿਲਣ। ਪਿਛਲੇ ਹਫ਼ਤੇ ਤੇ ਆਇਆ ਸੀ, ਡਿਊਟੀ ਬੜੀ ਸਖਤ ਲੱਗੀ ਆ। ਤੈਨੂੰ ਪਤਾ ਤਾਂ ਹੈਗਾ ਫਰਲੋ ਮਾਰ ਕੇ ਆਉਣਾ ਪੈਂਦਾ। ਮੈਂ ਬ੍ਰੇਕਅਪ ਕਰ ਦੇਣਾ, ਫਰਲੋ ਨਾਲ ਪਿਆਰ ਨਹੀਂ ਚੱਲਦੇ। ਉਹ ਪਰਾ ਮਰੋ ਯਾਰ। ਕੀ ਕਿਹਾ? ਪਰੇ ਮਰ, ਅੱਜ ਤੋਂ ਬਾਅਦ ਕਾਲ ਨਾ ਕਰੀ ਮੈਨੂੰ। ਉਹ ਗੱਲ ਤੇ ਸੁਣ, ਫੋਨ ਨਾ ਕੱਟੀ ਯਾਰ। ਯਾਰ ਉਹ ਕੰਜਰੋ, ਤੁਸੀਂ ਕੀ ਕਰਦੇ ਸੀ ਮੇਰੇ ਲਾਗੇ? ਫੋਨ 'ਚ ਕੋਈ ਆਪਣੀ ਪ੍ਰਾਈਵੇਸੀ ਹੁੰਦੀ ਆ? ਸ਼ਰਮ ਕਰੋ ਕੁਝ, ਸ਼ਰਮ। ਗੱਲਾਂ ਸੁਣਦੇ ਸੀ ਜਨਾਬ, ਸਾਡਾ ਵੀ ਮਨੋਰੰਜਨ ਹੋ ਜਾਂਦਾ। ਜਨਾਬ ਜੀ ਨੂੰ ਐਂਟਰਟੇਨਮੈਂਟ ਕਹਿੰਦੇ ਆ। ਸਾਹਿਬ ਦਾ ਫੋਨ ਆ ਗਿਆ ਜੀ। ਜਨਾਬ ਦੇਖ ਪ੍ਰਿੰਸ, ਮੈਨੂੰ ਤੇਰੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸੀ। ਜੀ ਜਨਾਬ, ਪਿੰਡ ਦੇਵੀਦਾਸਪੁਰੇ ਆਰਜੀ ਚੌਕੀ ਬਣ ਗਈ ਆ, ਉੱਥੇ ਪਹੁੰਚੋ ਤੇ ਉੱਥੇ ਜਾ ਕੇ ਆਪਣੀ ਡਿਊਟੀ ਕਰੋ। ਤੁਸੀਂ ਫਿਕਰ ਨਾ ਕਰੋ ਜਨਾਬ। ਉਹ ਗੱਲ ਸੁਣੋ, ਸਾਹਿਬ ਕਹਿੰਦੇ ਸੀ ਤੁਹਾਡੇ ਇਲਾਕੇ ਦੀਆਂ ਸ਼ਿਕਾਇਤਾਂ ਬਹੁਤ ਆਉਂਦੀਆਂ ਵਾ। ਠੀਕ ਸਰ। ਉਹ ਕਹਿੰਦੇ ਵੀ ਥੋੜ੍ਹੀ ਸਖਤਾਈ ਕਰ ਦਿਓ। ਠੀਕ ਸਰ। ਅੱਜ ਤਾਂ ਪਿੰਡ ਦੇਵੀਦਾਸਪੁਰੇ ਚੌਂਕੀ ਜਾਣਾ, ਆਰਜੀ ਚੌਂਕੀ ਬਣੀ, ਆਪਾਂ ਉੱਥੇ ਜਾਣਾ ਅੱਜ ਰਾਤ। ਠੀਕ ਆ ਸਰ। ਤੇ ਉੱਥੇ ਡਿਊਟੀ ਆਪਣੀ। ਸਾਹਿਬ ਜੀ ਡਿਊਟੀ ਲਾਉਣ ਜੋਗੇ ਹੋ ਜਾਣਗੇ? ਉਹ ਡੰਮ ਦੂੰਗਾ ਤੁਹਾਡਾ ਮੱਥਾ ਸਰਪੰਚ ਨੂੰ ਕਹਿ ਕੇ। ਚਲੋ ਤੁਰੋ ਹੁਣ। ਸਫ਼ਰ ਕਰਕੇ ਜਾਣਾ ਹੁੰਦਾ ਜੇ ਨਹੀਂ ਰਹਿ ਸਕਦੇ ਨਾ ਤੇ ਘਰ ਜਾ ਕੇ ਪੀ ਲਿਆ ਕਰੋ। ਹਾਂ ਤੂੰ ਮੈਨੂੰ ਮੱਥਾ ਦੇਗਾ? ਉਹ ਨਹੀਂ ਉਸਤਾਦ ਜੀ, ਤੁਸੀਂ ਨਾ ਅੱਜ ਇੱਥੇ ਰਹਿ ਪਓ, ਹਨੇਰਾ ਵੀ ਬਹੁਤ ਜ਼ਿਆਦਾ ਹੋ ਗਿਆ ਅਤੇ ਨਾਲੇ ਤੁਸੀਂ ਟੈਡ ਵੀ ਬਹੁਤ ਹੋ ਗਏ ਜੀ। ਬੜਾ? ਹਾਂਜੀ ਆਹੋ ਬਹੁਤ ਟੈਡ ਹੋ ਗਿਆ ਮੈਂ ਇਹ, ਇੰਨੀ ਤਾਂ ਮੈਂ ਰੋਜ਼ ਵੀ ਲੈਂਦਾ ਵਾਂ। ਉਹ
ਘਰ ਬੈਠਿਆ ਪੀ ਸਕਦੇ ਹਾਂ, ਬਾਹਰੋਂ ਸਫ਼ਰ ਕਰਕੇ ਜਾਣ ਲੱਗਿਆ ਨਹੀਂ ਇੰਨੀ ਪੀਤੀ। ਹਾਂਜੀ ਉਸਤਾਦ ਜੀ ਸਹੀ ਕਹਿੰਦਾ ਜੀ। ਤੁਸੀਂ ਬਸ ਸਿਆਣੇ ਨਾ ਬਣੋ, ਮੋਟਰਸਾਈਕਲ ਕੱਢੋ ਬਾਹਰ, ਮੈਂ ਚੱਲਿਆ। ਮੈਂ ਤਾਂ ਕਹਿੰਦਾ ਰਹਿ ਲੈਂਦੇ, ਤੂੰ ਜਿਹੜਾ ਕੰਮ ਆ ਉਹ ਕਰ ਪੈਣਾ। ਚੱਲ ਯਾਰ ਕੱਢੋ, ਚਲੋ 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 ਚੱਲ। ਮੈਂ ਇੱਕ ਦਿਨ ਦਾ ਕੰਮ ਨਹੀਂ ਮੇਰਾ ਰੋਜ਼ ਦਾ। ਟਾਂਕੇ ਲੱਗਣੇ ਆ, ਟਾਂਕ ਬੰਬ ਵਜਿਆ ਤਾਂ ਟਾਂਕੇ ਲੱਗਣੇ ਆ। ਡਾਕਟਰ ਸਾਹਿਬ ਟਾਂਕੇ ਲਓ, ਪਲਸਤਰ ਕਰੋ, ਜੋ ਮਰਜ਼ੀ ਕਰੋ, ਪਰ ਉਸਤਾਦ ਜੀ ਦੀ ਲੱਤ ਠੀਕ ਮਾੜਾ ਧਿਆਨ। ਡਾਕਟਰ ਸਾਹਿਬ ਉਹ ਵੀ ਸਪਰੇਅ ਮਾਰਦੇ ਮੱਖੀਆਂ ਨਾਲ ਬਹਿਣ ਮੁੜ ਕੇ। ਨੱਥੇ ਨੂੰ ਵੀ ਨਾਲੇ ਫੋਨ ਕਰਦੀ ਵੀ ਉੱਥੇ ਆ ਜਾਏ ਯਾਰ, ਫਿਰ ਲੈ ਕੇ ਜਾਣਾ ਉਸਤਾਦ ਜੀ ਨੂੰ ਘਰੇ। ਤੇ ਮੈਂ ਕਰਦਾ ਬਾਹਰ ਜਾ ਕੇ ਫੋਨ। ਬੀਬੀ ਕੋਈ ਨੀ ਕੋਈ ਨੀ ਕੋਈ ਨੀ ਬਚਾਵਾ, ਕੋਈ ਨੀ ਕੋਈ ਨੀ ਬੈਠੋ, ਲੀੜਾ ਲਿਆਓ ਭਰਾਵਾ। ਤੇਰਾ ਦਿਮਾਗ ਖਰਾਬ ਆ, ਉਸੇ ਨੂੰ ਛੇੜੀ ਜਾਣਾ। ਤੇਰਾ ਦਿਮਾਗ ਖਰਾਬ ਹੋ ਗਿਆ ਵਾ। ਬੜੇ ਦੁੱਖ ਦੀ ਗੱਲ ਆ ਭੈਣ ਜੀ, ਕੋਈ ਗੱਲ ਨਹੀਂ ਬੇਬੇ, ਤੂੰ ਵੀ ਨਾ ਗੁੱਸਾ ਕਰ ਪੈ ਗਿਆ। ਕੋਈ ਨਾ, ਤੁਸੀਂ ਫਿਕਰ ਨਾ ਕਰਿਓ, ਮੇਲਿਆਂ ਤੱਕ ਤੁਸੀਂ ਬਿਲਕੁਲ ਠੀਕ ਹੋ ਜਾਣਾ। ਪ੍ਰੋਗਰਾਮ ਤੁਹਾਨੂੰ ਕਹਿੰਦਾ ਨਾ ਨਾ ਉਸਤਾਦ ਜੀ, ਨਾ ਪੀਆ ਕਰੋ। ਪੀਤੀ ਕਿਹੜੀ ਹੈ ਯਾਰ, ਚੰਗਾ ਹੋ ਗਿਆ ਨਾ ਫਿਰ ਤੁਹਾਡੇ ਵਾਲਾ ਕੰਮ। ਚੱਲ ਹੁਣ ਫਿਕਰ ਨਾ ਕਰਿਓ ਤੁਸੀਂ, ਕੋਈ ਗੱਲ ਨੀ, ਹੋ ਜਾਣਾ ਜਲਦੀ ਠੀਕ ਮੇਲਿਆਂ ਤੱਕ। ਪ੍ਰੋਗਰਾਮ ਐਤਕਾਂ ਬਹੁਤ ਹੋਣੇ ਮੇਲਿਆਂ ਦੇ। ਫਿਰ ਆ ਮੇਲਿਆਂ 'ਚ ਕੀ ਲੈ ਕੇ ਆਉਂਦੇ ਜੀ? ਦੋ ਲੱਕੜੀਆਂ ਚੁੱਕ ਲਿਆਉਂਦੇ ਜਿਹਨੇ ਦੋ ਟੰਗ ਦੀ ਚਾਹ ਵੀ ਨਹੀਂ ਬਣਦੀ। ਇਹਦਾ ਚੰਗਾ 10-10 ਕਿਲੋ ਆਟਾ ਲਿਆ ਕਰੋ, ਚਾਰ ਦਿਨ ਸੁੱਕਦੇ ਤਾਂ ਲੰਘਣਗੇ, ਗੱਲਾਂ ਕਰਦੇ ਉੱਠਣ ਦਿਓ ਵੱਡੇ ਉਸਤਾਦ ਨੂੰ, ਚਣਾ ਭੁੜਕੋ ਵੀ ਭਾਰ ਢਾ ਲਓ, ਉੱਠ ਕੇ ਕਰਨਾ ਹੀ ਹੈ। ਜਿਵੇਂ ਜਿੱਦਾਂ ਨਾ ਕਰਦੀ ਹੁੰਦੀ, ਤਦੋਂ ਚਲ ਜਾਂਦੀ ਪੇਕੇ ਆਪਦੇ ਕੁੜੀ ਨੂੰ ਨਾਲ ਲੈ ਕੇ, ਆਪੇ ਵਿਆਹ ਦਿੰਦੇ। ਇੱਕ ਵਿਆਹ ਦੇਤਾ, ਇੱਕ ਲੱਤ ਦੜਾ ਲਈ, ਉਦੋਂ ਮੁੰਡੇ ਵਾਲੇ ਕਹਿੰਦੇ ਵਿਆਹ ਪੈਸੇ 'ਚ ਕਰਨਾ, ਪੰਗੇ ਦੇ ਪੰਗਾ। ਲੱਤ ਮੈਂ ਜਲ ਕੇ ਕਰਾਈ ਆ ਉਸਤਾਦ ਜੀ, ਵਿਆਹ ਦਾ ਹੁਣ ਦੱਸ ਤਾਂ ਕੀਮਤ ਕਰਦੇ ਹੋ ਕਰੋ। ਬੇਬੇ ਮਦਦ ਕਿਸੇ ਨੇ ਨਹੀਂ ਕਰਨੀ, ਕਿਉਂ? ਜਿਹੜੇ ਹੁਣ ਤੱਕ ਨੋਟ ਚੱਲ ਰਹੇ ਸੀ ਉਹ ਤਾਂ ਸਰਕਾਰ ਨੇ ਸਾਰੇ ਬੰਦ ਕਰ ਦਿੱਤੇ, ਮੈਨੂੰ ਮਾਮੇ ਨੇ ਫੋਨ 'ਤੇ ਦੱਸਿਆ। ਉਹ ਨੱਥੇ, ਹੈਲੋ। ਉਹ ਯਾਰ ਕੀ ਮਦਦ ਕਰੀਏ, ਕਿਵੇਂ ਮਦਦ ਕਰੀਏ ਉਸਤਾਦ ਦੀ? ਯਾਰ ਮੈਨੂੰ ਤੇ ਪਤਾ ਨਹੀਂ। ਉਹ ਰਤੇ ਤੂੰ ਦੱਸ ਯਾਰ ਕਿੱਦਾਂ ਮਦਦ ਕਰੀਏ ਉਹਦੀ? ਨਾ ਮੈਂ ਕਿਹੜਾ ਬੱਲੇ ਵਾਲੀ ਮੰਡੀ 'ਚ ਮੁਨੀਮ ਲੱਗਾ ਕਿ ਉਸਤਾਦ ਦੀ ਮਦਦ ਵਾਸਤੇ ਸ਼ਾਹ ਕੋਲੋਂ ਪੈਸੇ ਫੜ ਲਿਆਉਣੇ ਆ। ਇਹਦੇ ਕੋਲ ਪੁੱਛ ਲਾ, ਤੂੰ ਦੱਸ ਲਾ ਫਿਰ। ਦੱਸਾਂ ਫਿਰ? ਦੱਸ ਫਿਰ, ਆ ਜਾਓ ਫਿਰ। ਉਹ ਪਰੇ ਮਰੋ, ਕੰਨ ਨੇੜੇ ਕਰੋ। Yeah.
लाला जी पैसे तो ते मैं बदल दूंगा पर मैं भी अगे जाके हिसाब देना होंगे तो नाले ये मेरा की फायदा आ फायदा तो बहुत होना चवानी घुमा के 10 लाख का 8 लाख लेना मैं चवानी घुमा के आ की है मेरे मतबल की गल तो नाले मैं लाला जी बैंक च पैसे नहीं बदल सकता रातों रात घर कैश दे दिया करूँ तो कैश लै दिया करूँ तो नाले तुम पता घर दिखती जगह स्वाद ही वक्रा लिया ये कि गल है देवे को गुड़ मंगाया अज ही पा लेने अच्छा मैं क्या लाला जी तुम्हें याद किया तो असं आ गए लो जी लाला जी तुम्हें अपनी गलों को भी सुन ली है लै सुन भी लो तो की कर लू चवानी घुमा के अखे लत्तों लंघा लाहौर का दाइया लाहौर का ताइया तो कह दिया जी कि तार लग गया ना तो तुम्हें जाने हाथ ला लागे देवे क्या कुछ तू लै लाला जी मैं भी कहना गुड़ तो गल आंदा पैसे दो तो गुड़ लवा लो नाले नेरा होंगे मैं भी जाकर रोटी लाइनी है आ कि गल की तू आप पैसे लै तू लै चंगा लाला जी सत श्रीकाल गुड़ ला दी ध्यान है नन्ना नन्ना नारे 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 ते जज्जा जज्जा जारे जारे सरदार जी तुसी मैनू ये 1,00,000 रुपया दे के साडे ते बहुत वड्डा एहसान कीता है बस पुत ऐदा ही करैक्टर च वड़िया रहे तरले नाल गल करी बस ऑडिशन आपे पास हो जाना दो रुपए टे मुंह इस बंदे दा मंजे तो उठ नहीं हुंदा ते करदार च वड़ी फिरदा 5 दिन रह गए धीरे ब्याह दे विच इक कपड़ा रख नहीं पड़िया ए रब्बा रख मेरी इज्जत इस बंदे ने तो कुछ करना नहीं तू ही इज्जत रखनी मेरे वाहेगुरु सच्चे पातशाह छिंदिया असी लोकां लई तां बहुत वधिया कलाकार आ लोकां नूं हसाउने आ नचाउने आ उहनां दा मनोरंजन करदे आ नायक आ असी लोकां लई पर अपने घर लई ते अपने बच्चियां लई सब तों वड्डे डौन आ खलनायक आ असी क्योंकि असी अपने बच्चियां दी कदे भी खुशियां नहीं पूरियां कर सके जो साडे कोल मंगदे ने असी उन्हां नूं कदी भी नहीं लैके दिता छिंदिया दुनिया तां तैनू पास कर दीए पर तेरा परिवार तू परिवार वालों फेल है छिंदिया तू फेल है छिंदिया तू फेल नहीं हख लग सी सुपना जा रहा सी बस पानी का खास कर ना छड़े नू दुख बिमारी खांदा ए नित दाल करारी वेख छड़े ना ला के नी कोठी पा दूंगा छप्पड़ कंडे जाके नी कोठी पा दूंगा छप्पड़ कंडे जाके प्रोग्राम आने शन्नू दे व्याह दा कुछ बनिया यार बीबी ते रोज लड़दी आ उस्ताद नाल सट लग गई उधरों व्याह दे दिन नेड़े आ रहे नोटबंदी ने ते लाज ने ना धुआं कढ़िया होया उस्ताद दा उस्ताद दा पता लगा कुछ ठीक है हुण बस लग जाने आ जे 10 दिन दर्द ते कहिंदे घट आ पर तुरन नूं टाइम लगना अच्छा एक गल दस जिहड़ा काम तू वधण कहिंदा हां ओह काम करिए यार नजारा ही लियाता आ कीती आ यारां वाली गल मैं कहना तानू तत्ती वाणी लगन देंदा तत्ती वा क्यों नाल कूलर लेके जाना काई ना मार फील्डिंग ही इंज लाउणी आ ना कि किहे नूं कुछ पता ही नहीं लगदा मैं पहले बैटिंग करूंगा फिर
ਨਹੀਂ ਪਹਿਲੇ ਯਾਰ ਉਹ ਤੁਰ ਫਿਟੇ ਮੂੰਹ ਕੁਛ ਅੱਜ ਨਾ ਗੱਲ ਤੇ ਸੁਣ ਲਓ ਮੈਂ ਇਹ ਕਹਿਣਾ ਵੀ ਰਿਸਕੀ ਕੋਈ ਨਹੀਂ ਹੈਗਾ ਕੰਮ ਹੀ ਇਸ ਤਰੀਕੇ ਨਾਲ ਕਰਨਾ ਵੀ ਆਪਣਾ ਕੰਮ ਵੀ ਹੋ ਜਾਣਾ ਤੇ ਪਤਾ ਵੀ ਕਿਸੇ ਨੂੰ ਨਹੀਂ ਲੱਗਣਾ ਹਾਂ ਟੈਨਸ਼ਨ ਨਾ ਲੈ ਖੋਲ ਦੇ ਪੱਤੇ ਖੁੱਲ ਕੇ ਪੱਤੇ ਆ ਲੋ ਫਿਰ ਵੇਖ ਹਥਿਆਰ ਅਸੀਂ ਉਦੋਂ ਦੀ ਤਿਆਰੀ ਕਰਕੇ ਬੈਠੇ ਆ ਵੇਖ ਵੇਖ ਉਹ ਤੁਰ ਫਿਟੇ ਮੂੰਹ ਇਹ ਹਥਿਆਰ ਨਹੀਂ ਚਾਹੀਦੇ ਤੁਸੀਂ ਏਦਾਂ ਕਰੋ ਤੁਸੀਂ ਪਹੁੰਚੋ ਗੈਟਅਪ ਚ ਆ ਜਾਓ ਵੀ ਪਛਾਣ ਕੋਈ ਨਾ ਹਥਿਆਰ ਨਹੀਂ ਬੰਦੇ ਕੋਈ ਨਹੀਂ ਚਾਹੀਦੇ ਇਹ ਇਹੋ ਹੀ ਕਹਿੰਦਾ ਸੀ ਮੈਂ ਵੀ ਇਹਨੂੰ ਕਹਿੰਦਾ ਸੀ ਇਹ ਨਹੀਂ ਚਾਹੀਦੇ ਉਤਰ ਰਹੇਗਾ ਸੁਤਰ ਜਾਓ ਤੇ ਤਿਆਰ ਹੋ ਛੇਤੀ ਕਰੋ ਛੇਤੀ 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 ਕਰੋ ਅੱਜ ਹੀ ਕੰਮ ਕਰਨਾ ਹੈ ਆ ਲੈ ਵੀ ਮਨਿੰਦਰ ਸਿਆ ਆ ਹੀ ਪੁਰਾਣੇ ਨੋਟ ਹੈ ਲਿਆ ਕੱਢ ਨਵੇਂ ਹੁਣ ਜਵਾਨੀ ਮਾਰੀ ਲਾਲਾ ਪੂਰਾ 8 ਲੱਖ ਰੁਪਇਆ ਠੀਕ ਹੈ ਆਹ ਸਵਾਦ ਲਿਆਤਾ ਹੈ ਜਵਾਨੀ ਘੁਮਾ ਗਈ ਲੈ ਐਸੇ ਖੁਸ਼ੀ 'ਚ ਪੈਗ ਪੀ ਹੁਣ ਹਾਂ ਕਰ ਲਾ ਕੁਛ ਫਿਰ ਠੀਕ ਹੈ ਕਿੱਥੋਂ ਤੱਕ ਸਮੈਲ ਸਰ ਜੀ ਕੰਮ ਮੋਟਾ ਮੋਟਾ ਚੱਲੂ ਹੈ ਹਾਂ ਹਾਂ ਛੇਤੀ ਮਗਾ ਚੱਲ ਫਿਰ ਲਾ ਅੱਛਾ ਮਾਲ ਬਹੁਤ ਹੈ ਆਈ ਇਸ ਤਰੀਕੇ ਨਾਲ ਜਾਣਾ ਵਾ ਤਾਂ ਮੇਰੀ ਗੱਲ ਸੁਣੋ ਹਾਂ ਬੜੇ ਆਰਾਮ ਦੇ ਨਾਲ ਸੁਣੋ ਅੱਛਾ ਤੂੰ ਉੱਥੇ ਬੈਗ ਪੈ ਗਿਆ ਇੱਕ ਚ ਪੁਰਾਣੇ ਨੋਟ ਇੱਕ ਚ ਨਵੇਂ ਨੋਟ ਕਾਰਸਤਾ ਨਹੀਂ ਨਾ ਕਰੀ ਬੜੇ ਤਰੀਕੇ ਦੇ ਨਾਲ ਬਸ ਤੁਸੀਂ ਜਿਹੜਾ ਨਵੇਂ ਨੋਟਾਂ ਵਾਲਾ ਪੈ ਗਿਆ ਨਾ ਉਹ ਚੁੱਕ ਕੇ ਬਾਹਰ ਆ ਜਾਣਾ ਮੈਂ ਦੋਵੇਂ ਚੁੱਕ ਲੂੰ ਮੇਰੀ ਗੱਲ ਸੁਣੋ ਕਹਿੰਦੇ ਹੋ ਲੈਕੋ ਕਿਲੋ ਵੀ ਹੁੰਦੇ ਮੀਟਰਾਂ ਚ ਹੁੰਦੇ ਆ ਉਹ ਪਕਾਈ ਨਾ ਮਾਰੋ ਨਾ ਕਿਲੋਆਂ ਚ ਹੁੰਦੇ ਆ ਨਾ ਮੀਟਰਾਂ ਚ ਹੁੰਦੇ ਆ ਦੋ ਬੈਗ ਦੋ ਬੈਗ ਆ ਦੋਵਾਂ ਦੇ ਵਿੱਚੋਂ ਇੱਕ ਚੁੱਕਣਾ ਜਾਮਨੀ ਰੰਗ ਦੇ ਨਵੇਂ ਨੋਟ ਉਹ ਚੁੱਕ ਕੇ ਲਿਆਉਣੇ ਠੀਕ ਹੈ ਫਿਰ ਟੱਪ ਜੋ ਕੰਧ ਮੇਰਾ ਵੀ ਟੱਪ ਇਹਨੂੰ ਟਪਾ ਜਾ ਲਿਆ ਉਹ ਤੇਰੇ ਘਰ ਚੋਰ ਤੀ ਆਏ ਉਤਲਾ ਹੀ ਜਾਣੇ ਉਹ ਤੇਰੇ ਪੈਸੇ ਤੇ ਚੋਰੀ ਹੋ ਗਏ ਉਤਲਾ ਹੀ ਜਾਣੇ ਉਹ ਤੇਰੇ ਪੈਸੇ ਪੂਰੇ ਆ ਉਤਲਾ ਹੀ ਜਾਣੇ ਜਵਾਨੀ ਘੁਮਾ ਕੇ ਦਾਰੂ ਲਾਲੇ ਨੇ ਪੀਤੀ ਸੀ ਕਿ ਤੁਸਾਂ ਪੀਤੀ ਨਵੇਂ ਨੋਟਾਂ ਦੀ ਜਗ੍ਹਾ 'ਤੇ ਪੁਰਾਣੇ ਚੁੱਕ ਲਿਆ ਜੀ ਉਹ ਲਾਲੇ ਨੇ ਸਾਲੇ ਨੇ ਚੋਰ 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 ਕਰਤਾ ਹਫੜਾ ਦਫੜੀ ਯਾਰ ਪਤਾ ਨਹੀਂ ਲੱਗਾ ਯਾਰ ਨਹੀਂ ਲੱਗਾ ਪਤਾ
ਨਹੀਂ ਬਜੇ ਮੈਂ ਆਵੇ ਤੈਨੂੰ ਨਵੇਂ ਪ੍ਰਾਣਾ ਦੀ ਪਈ ਆ ਇਹ ਪ੍ਰਾਣੇ ਆਵੇ ਅੱਗ ਲੱਗ ਦੇ ਉਹਨਾਂ ਨੂੰ ਜਾ ਕੇ ਜਾਂ ਫੂਕ ਦੇ ਇਹਨਾਂ ਨੂੰ ਰਤਿਆ ਇਹ ਜਿਹੜੀ ਕਰੰਸੀ ਆ ਨਾ ਚਾਹੇ ਪੁਰਾਣੀ ਆ ਅਤੇ ਚਾਹੇ ਨਵੀਂ ਆ ਇਹ ਦੇਸ਼ ਦਾ ਸਰਮਾਇਆ ਹੁੰਦੀ ਆ ਇਹ ਸਾੜੀ ਦੀ ਨਹੀਂ ਆ ਕਦੇ ਇਹ ਤਾਂ ਫਿਰ ਸਾਲਾ ਲੱਗਦਾ ਸੀ ਆਪਾਂ ਹੀ ਪਾ ਲਿਆ ਹੈ ਇਹ ਉਹ ਗੱਲ ਹੋ ਗਈ ਨਾ ਫਿਰ ਕਿਹੜੀ ਗੱਲ ਮਾਰ ਮੈਂ ਇੱਕ ਹੋਰ ਕੰਮ ਕਹਿੰਦਾ ਕੀ ਮੈਂ ਕਹਿੰਦਾ ਵੀ ਇਹ ਆਪਾਂ ਨਾਲੇ ਦੇ ਘਰ ਵਾਪਸ ਤੁਰ ਜਾਂਦੇ ਡਰਪੋਕੋ ਡਰੋ ਨਾ ਮੰਮੀ ਤੁਹਾਡੇ ਨਾਲ ਹੀ ਜਾਣਾ ਵਾ ਮੈਂ ਇੱਥੇ ਨਹੀਂ ਰਹਿਣਾ ਨਾਲ ਹੀ ਚੱਲੂੰਗਾ ਉਹਦੇ ਘਰ ਸੁੱਟਾਂਗੇ ਤੇ ਸਿਆਪਾ ਮੁੱਕੂਗਾ ਅੱਛਾ ਆਹੋ ਮੰਨ ਲਾ ਮੁੱਕ ਜੂ ਸਿਆਪਾ ਫਿਰ ਸਿਆਪਾ ਮੁੱਕ ਜੂ ਇਹ ਬਦਲਾਉਣੇ ਕਿੰਨੇ ਆ ਚੱਲ ਠੀਕ ਹੈ ਫਿਰ ਕੋਈ ਨੀ ਆਹੋ ਚੱਲ ਯਾਰ ਜਾਣਾ ਤੂੰ ਹੁਣੇ ਬਿਲਕੁਲ ਜਾਣਾ ਪੈਣਾ ਚਲੀਏ ਚਲੀਏ ਫਿਰ ਚਲੋ ਨਵਾਂ ਕਰ ਮੈਨੂੰ ਮੰਮੀ ਤੂੰ ਤੁਹਾਡੇ ਨਾਲ ਹੀ ਆ ਨਾ ਤੁਹਾਨੂੰ ਕੁਝ ਡਰ ਜ਼ਿਆਦਾ ਪਿਆ ਵਾ ਕੁਛ ਨਹੀਂ ਹੁੰਦਾ ਮਦਦ ਨਹੀਂ ਸੀ ਕਰਨੀ ਉਸਤਾਦ ਦੀ ਤੇ ਜੇ ਹੁਣ ਗਲਤ ਕੰਮ ਹੋ ਗਿਆ ਤੇ ਉਹਨੂੰ ਨਿਬੇੜਨਾ ਤੇ ਹੈਗਾ ਨਾ ਤੂੰ ਏਦਾਂ ਕਰੋ ਤੁਸੀਂ ਨਾ ਸੁੱਟੋ ਤੂੰ ਮੈਨੂੰ ਕੰਢੇਰੇ ਚੜਾ ਤੇ ਪੈਸੇ ਮੈਂ ਸੁੱਟਾਂ ਤੇ ਸਿਆਪਾ ਮੁੱਕੇ ਮੈਂ ਆਹੋ ਤੂੰ ਉਠਾਓ ਪੈਸੇ ਕਿਹੜੇ ਵਿਆਹ 'ਚ ਸੁੱਟਣੇ ਆ ਵੀ ਜਾਂਦੇ ਇਕੱਠੇ ਐਂ ਲਟਾ ਦੇ ਭਾਈ ਨਾ ਮਰਿਆ ਕਰ ਹੋ ਯਾਰ ਚੋਰੀ ਕਰਨ ਵੇਲੇ ਅਸੀਂ ਬਣ ਕੇ ਤੇ ਜਿੱਦਣ ਅਸੀਂ ਸਮਾਨ ਰੱਖਣ ਵਾਸਤੇ ਆਏ ਉੱਧਰ ਫੜੇਗਾ ਉਹ ਤੂੰ ਗਾਹ ਉਹ ਸਾਰੇ ਪਲੈਨ ਕਿਤੇ ਤੇਰੀ ਸੀ ਤੂੰ ਕੀ ਕਰਨ ਆਈ ਉੱਥੇ ਮੈਂ ਤਾਂ ਗੱਡੀ ਕਰਨ ਚੱਲਿਆ ਸਾਡੀ ਦਾ ਨਾਮ ਅੱਛਾ ਸਰ ਪਾਸਪੋਰਟ ਦੀ ਇਨਕੁਆਇਰੀ ਮੇਰੀ ਹੋਈ ਬਸੋਂ ਦੀ ਪਾਸਪੋਰਟ ਨਹੀਂ ਲੱਗਾ ਅੱਛਾ ਹਾਂਜੀ ਕੱਲ੍ਹ ਤਾਂ ਯਾਰ ਚੌਂਕੀ ਬਣੀ ਆ ਕਿੰਨੇ ਦਿਨ ਹੋ ਗਏ ਅਪਲਾਈ ਕੀਤੇ ਨੂੰ ਅਰੇ 4-5 ਦਿਨ ਹੋ ਗਏ ਉਹ ਭਾਜਾ ਪਰੇ ਤੈਨੂੰ ਜੱਜ ਨਾ ਪਾਏ ਗੱਲਾਂ ਜਦੋਂ ਆਊਗੀ ਤੈਨੂੰ ਬੁਲਾਵਾਂਗੇ ਜਾ ਚੱਲ ਜਾ ਪਰੇ ਠੀਕ ਹੈ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਆਉਂਦਾ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਠੀਕ ਕੀ ਹਾਲ ਨੇ ਤੁਹਾਨੂੰ ਕੀ ਮੇਰੇ ਹਾਲ ਨਾਲ ਸੌਰੀ ਯਾਰ ਰਾਤੀ ਕਾਲ ਨਹੀਂ ਕਰਦਾ ਯਾਰ 3 ਚੋਰ ਉੜਕੇ ਆਏ ਤੇ ਉਹਨਾਂ ਤੋਂ ਪੈਸੇ ਵੀ ਬਹੁਤ ਬਰਾਮਦ ਹੋਏ ਆ ਠੀਕ ਆ ਹੁਣ ਤਾਂ ਮੇਰੀ ਪ੍ਰਮੋਸ਼ਨ ਪੱਕੀ ਵਿਆਹ ਤੋਂ ਪਹਿਲਾਂ ਆਪਾਂ ਇੱਕ ਵਾਰੀ ਮਿਲ ਕੇ ਸ਼ਾਪਿੰਗ ਜ਼ਰੂਰ ਕਰਾਂਗੇ ਅੱਛਾ ਸਰ ਜੀ ਸ਼ਾਪਿੰਗ ਕਰ ਲਿਓ ਜਿਹੜੇ ਅੰਦਰ ਚੋਰ ਫੜੇ ਆ ਉਹਨਾਂ ਦੀ ਤਾਂ ਪੁੱਛਗਿੱਛ ਕਰ ਲਈਏ ਹਾਂਜੀ ਰਾਤ ਨੂੰ ਕਰ ਲੈਂਦੇ ਆ ਪੁੱਛਗਿੱਛ ਪਹਿਲਾਂ ਦੁੱਖੀ ਨੇ ਤਾਂ ਬਣਾ ਲਈਏ ਉਹਨੇ ਰਾਤ ਦਾ ਫੋਨ ਆਫ ਕੀਤਾ ਸਾਰੀ ਰਾਤ ਨੀਂਦ ਨਹੀਂ ਆਈ ਤੁਸੀਂ ਮੈਨੂੰ ਫੋਨ ਕਰ ਲੈਣਾ ਜੀ ਜਨਾਬ ਘਰ ਦੀ ਤਾਂ ਮੇਰੀ ਵੀ ਕੱਲ ਦੀ ਰੁੱਕ ਕੇ ਗਈ ਹੋਈ ਆ ਬਕਵਾਸ ਨਾ ਕਰ ਠੀਕ ਹੈ ਬਕਵਾਸ ਨਾ ਕਰ ਹੁਣ ਮੇਰੀ ਗੱਲਾਂ ਬਕਵਾਸ ਲੱਗਦੀਆਂ ਨੇ ਮੇਰੀ ਗੱਲ ਤਾਂ ਸੁਣੋ ਤੁਹਾਨੂੰ ਨਹੀਂ ਕਿਹਾ ਯਾਰ ਫੋਨ ਨਾ ਕਰੀ ਮੈਨੂੰ ਉਹ ਕੱਟ ਗਈ ਯਾਰ ਫਿਰ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਜਦੋਂ ਮੈਂ ਫੋਨ ਤੇ ਨਾ ਮੈਨੂੰ ਡਿਸਟਰਬ ਨਾ ਕਰਿਆ ਕਰੋ ਜਲ ਲੈ ਤੇਰਾ ਨੂੰ ਕੱਢ ਕੇ ਬਾਹਰ ਉੱਠੋ ਛੇਤੀ ਵੇਖ ਕਿਵੇਂ ਪਿਓ ਵਾਲੇ ਬੈੱਡ ਤੇ ਪਏ ਆ ਜਿਵੇਂ ਕਿਸੇ ਰਿਆਸਤ ਦੇ ਰਾਜੇ ਹੋਣ ਉੱਠੋ ਸਭ ਬੁਲਾਉਂਦਾ ਵਾ ਓਏ ਅਸੀਂ ਕੀ ਉੱਠਣਾ ਪਹਿਲਾਂ ਚਾਹ ਪੀ ਲੈ ਗਿਆ ਇਹ ਬੰਦਾ ਸਿਆਣਾ ਲੱਗਦਾ ਵਾ ਤੁਰੋ ਛੇਤੀ ਬੈਗ ਦਾ ਤਾਂ ਤੂੰ ਚੁੱਕਿਆ ਸੀ ਮੈਂ ਨਹੀਂ ਚੁੱਕਿਆ ਮੈਂ ਲਾੜੇ ਦੇ ਘਰ ਕਿੰਨੇ ਘਰ ਆਏ ਓਏ ਬਕੋ ਨਾ ਉਹਦੇ ਤੇ ਜੇਲ ਹੋ ਜਾਣੀ ਹੈ ਮੈਂ ਤੁਹਾਨੂੰ ਦੱਸਾਂ ਉਹ ਮੈਂ ਤੇ ਕਹਿੰਦਾ ਵਾਂ ਆਪਾਂ ਮੁੱਕ ਜਾਣੇ ਆਪਾਂ ਇਹ ਗੱਲ ਕਹਿੰਦੇ ਕਿ ਸਾਨੂੰ ਲੱਭਾ ਹੈ ਆਹ ਬਿਲਕੁਲ ਸੱਚੀ ਗੱਲ ਕਹੀ ਮੁੰਡੇ ਕਿ ਸਾਨੂੰ ਲੱਭਾ ਹੈ ਤੇ ਅਸੀਂ ਸੋਚਿਆ ਲਾੜੇ ਦਾ ਤੇ ਲਾੜੇ ਦੇ ਘਰ ਸੁੱਟਣ ਗਏ ਹਾਂ ਸਾਡਾ ਨਹੀਂ ਬੈਗ ਦਾ
चकला जानू यार क्यों तंग करी जानी हां कॉल चकला नथी हेलो मैं थाने तर कट के आज के जा रहा हूं इदु वे हो लकटे या एक ते टूटा आज के दूजा थानेदार मतलब त्रेला ते ओ भी नेम दे चढ़या आ गई मेरी सरकार राती नींद आईया नहीं आसी ओए नी मारे को कीता जनाब ही कुछ नहीं कीता अही देख सूर्या बिल्कुल इथे आओ पट्टी दी लोड़ा बाकी जख्म ठीक आ अच्छा जी दवाई दवाई की लोड़ है हाँ जी दवाई दवाई खाओ अच्छा जी बाकी ठीक है ठीक है उस्ताद जी पैनी पीना जवाना मैं तेनों पछाणे नहीं आ मैं उस्ताद जी देवा दे देवे दे पिंडो अच्छा 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 यार ना वो कभी आ पाया ना उन्हें कभी फोन ही किया है कितने दिन दा हो ਕੀ ਹੋ ਗਿਆ ਉਹ ਅੰਦਰ ਵੀ ਦੱਸੋ ਕੁਝ ਉਹ ਮੈਂ ਤੁਹਾਨੂੰ ਘਰ ਜਾ ਕੇ ਦੱਸਦਾ ਸਤਿ ਸ਼੍ਰੀ ਅਕਾਲ ਉਸਤਾਦ ਜੀ ਲੈ ਇੱਕ ਹੋਰ ਆ ਗਿਆ ਚੇਲਾ ਕੁੜੀਏ ਤੇਰਾ ਦਿਮਾਗ ਠੀਕ ਆ ਆ ਉਸਤਾਦ ਜੀ ਮੈਂ ਛੱਡ ਆਵਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜਵਾਨਾ ਪਰ ਮੈਂ ਤੁਹਾਨੂੰ ਪਛਾਣਿਆ ਨਹੀਂ ਯਾਰ ਉਸਤਾਦ ਜੀ ਮੈਂ ਸੋਨ ਲਾਲ ਸ਼ਿਆਟੇ ਤੋਂ ਅੱਛਾ 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 ਆਓ ਆਓ ਉਸਤਾਦ ਜੀ ਬੈਠੋ रोटी छका के खिलाऊंगा घरों मैं तेरा अपना घर आओ ਜਿੰਦਾ ਪੁੱਤ ਇਹ ਤੇਰੀ ਮਿਹਨਤ ਆ
ਬਾਕੀ ਕਰਨ ਵਾਲਾ ਬੈਠਾ ਆ ਸਭ ਤੇਰੀ ਨੇਟੀਆਂ ਪੁੱਤਰਾ ਮਜ਼ਾਕ ਨੂੰ ਸੀਰੀਅਸ ਨਾ ਲੈ ਲਈ ਮੈਨੂੰ ਇਹ ਦੱਸ ਕਿ ਇਹ ਦੇਵੀ ਦਾਸਪੁਰ ਜਿਹੜੀ ਚੌਂਕੀ ਆ ਇਹ ਜਨਿਆਲੇ ਥਾਣੇ 'ਚ ਆਉਂਦੀ ਆ ਹਾਂ ਉੱਥੇ ਆਪਣਾ ਮੁੰਡਾ ਇਹ ਐਸ ਆਈ ਲੱਗਾ ਪ੍ਰਿੰਸ ਅੱਛਾ ਸੁਣ ਲਓ ਬੇਟਾ ਉਹ ਨਹੀਂ ਨਹੀਂ ਉਸਤਾਦ ਜੀ ਮੈਂ ਤੁਹਾਡੇ ਲਈ ਸੁਣੀ ਆ ਹਾਂ ਤੇ ਸੁਣੀ ਪੁੱਤਰ ਮੇਰੇ ਤਿੰਨ ਚੱਲੇ ਜਿਹੜੇ ਨਾ ਦੇਵਾ ਨੱਤਾ ਅਤੇ ਰੱਥਾ ਉਹ ਦੇਵੀ ਦਾਸਪੁਰ ਚੌਂਕੀ 'ਚ ਫੜੇ ਹੋਏ ਆ ਜੇ ਅੱਜ ਉਹਨਾਂ ਨੂੰ ਨਾ ਛਡਾਇਆ ਤਾਂ ਉਹਨਾਂ ਦੀ ਜ਼ਮਾਨਤ ਦੇਣੀ ਪੈਣੀ ਆ ਕੋਈ ਨਹੀਂ ਉਸਤਾਦ ਜੀ ਚੱਲਦੇ ਹਾਂ ਅਸੀਂ ਮੈਂ ਫੋਨ ਕਰ ਦਿੰਦਾ ਹਾਂ ਮੈਨੂੰ ਉੱਥੋਂ ਦੇ ਲਾਲੇ ਚਵਾਨੀ ਲਾਲ ਅਤੇ ਬੈਂਕ ਮੈਨੇਜਰ ਰਮੇਸ਼ ਦੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਤੁਸੀਂ ਤੁਰ ਪਾਓਗੇ ਨਾਲ ਕੋਈ ਨਹੀਂ ਜੀ ਮੈਂ ਚੱਲਦੀ ਹਾਂ ਨਾਲ ਆਪਾਂ ਇਹਦਾ ਧਿਆਨ ਰੱਖ ਲਾਂਗੀ ਮੈਂ ਵੀ ਨਾਲ ਚੱਲੂੰਗੀ ਮੈਂ ਘਰ ਇਕੱਲੀ ਨੇ ਕੀ ਕਰਨਾ ਉਹ ਤੂੰ ਘਰ ਬਏ ਤੂੰ ਉੱਥੇ ਜਾ ਕੇ ਕੀ ਕਰਨਾ ਵਾ ਆ ਤੂੰ ਵੀ ਹੈਦਾ ਖੜਾ ਛੱਡ ਦੇ ਭਾਪੇ ਨੂੰ ਫੜ ਕਿਤੇ ਨਾ ਮੈਨੂੰ ਨਿਭਾ ਲੈ ਕੇ ਤੁਰ ਪੈਣ ਯਾਰ ਉਹ ਤੇਰਾ ਬੁਲਾ ਹੋ ਗਏ ਇੰਨੇ ਦਸ ਚੋਰਾਂ ਦਾ ਕੀ ਵੇਖਣਾ ਸਾਰਾ ਦਿਨ ਮੇਰਾ ਫੋਨ ਨਹੀਂ ਚੁੱਕਿਆ ਤਾਂ ਹੁਣ ਕਹਿੰਦੇ ਮੈਂ ਤੇਰੀ ਚੌਂਕੀ ਆ ਰਹੀ ਹਾਂ ਕੁਝ ਖਾਣ ਪੀਣ ਦਾ ਇੰਤਜ਼ਾਮ ਕਰਨਾ ਪੈਣਾ ਕੀ ਗੱਲ ਹੋਈ ਜਨਾਬ ਉਹ ਕੁਛ ਨਹੀਂ ਯਾਰ ਤੁਹਾਡੀ ਮੈਡਮ ਆ ਰਹੀ ਹੈ ਚੌਂਕੀ ਇਕੱਲੀ ਮੈਡਮ ਨਹੀਂ ਜਨਾਬ ਡੀ ਐਸ ਪੀ ਸਾਹਿਬ ਵੀ ਨਾਲ ਆ ਰਹੇ ਜੀ ਤੇਰਾ ਬੁਲਾ ਹੈ ਸੱਸ ਹੋਰਾਂ ਇਕੱਠੇ ਲੱਗਦਾ ਮੇਰੀ ਸ਼ਿਕਾਇਤ ਕਰਤੀ ਡੀ ਐਸ ਪੀ ਸਾਹਿਬ ਕੋਲ ਕੁਰਸੀ ਲੈ ਗਿਆ ਜੀ ਜਨਾਬ ਪ੍ਰਿੰਸ ਲਿਆ ਉਹਨਾਂ ਨੂੰ ਬਾਹਰ ਕੱਢ ਕੇ ਲਾਲੇ ਅਤੇ ਬੈਂਕ ਮੈਨੇਜਰ ਨੂੰ ਲਿਆਓ ਬਾਹਰ ਕੱਢ ਕੇ ਲੈ ਗਿਆ ਉਹ ਇਹਨਾਂ ਨੂੰ ਉਸਤਾਦ ਜੀ ਲਾਲਾ ਤੂੰ ਮੰਨ ਜਾ ਸਾਰਾ ਘਪਲਾ ਤੂੰ ਬੈਂਕ ਮੈਨੇਜਰ ਦੇ ਨਾਲ ਰਲ ਕੇ ਕੀਤਾ ਆ ਨਹੀਂ ਤੇ 3D ਲੱਗੂ ਤੈਨੂੰ 3D ਉਹ ਮੈਨੇਜਰ ਆ 3D 'ਚ ਕੀ ਹੁੰਦਾ ਤਿੰਨ ਡੰਡਾਂ ਇੱਕੋ ਵਾਰੀ ਵੱਜਣੀਆਂ ਕੋਈ ਪੁੱਠੇ ਲੰਮੇ ਪਾ ਕੇ ਮੰਨ ਗਿਆ ਜੀ ਮੰਨ ਗਿਆ ਆਹ ਹੱਥ ਬੰਨ ਕੇ ਬੇਨਤੀ ਆ ਜੀ ਆਹ ਸਾਰਾ ਕੁਛ ਅਸੀਂ ਕੀਤਾ ਹੈ ਜੀ ਜਵਾਨੀ ਘੁਮਾ ਕੇ ਉਹ ਪਲਵਿੰਦਰ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਾ ਕਿ ਤੇਰਾ ਹੀ ਨਾਂ ਪ੍ਰਿੰਸ ਆ ਨਹੀਂ ਸਾਨੂੰ ਉਹਨੂੰ ਤਾਂ ਸਭ ਪਤਾ ਸੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿਉਂ ਵੀ ਕੁੜੀਏ ਸੋਰੀ ਪਾਪਾ ਲੈ ਅਸੀਂ ਤਾਂ ਦੋਵੇਂ ਘੁੱਗੜ ਕਰ ਨਹੀਂ ਰਹੇ ਬਾਕੀ ਸਾਰਿਆਂ ਨੂੰ ਸਭ ਕੁਛ ਪਤਾ ਇੱਥੇ ਕੀ ਹੋਇਆ ਅਤੇ ਕੀ ਹੋਣਾ ਤੁਸੀਂ ਤਾਂ ਸਾਰੇ ਇੱਕੋ ਜੇ ਇੱਕ ਜਗ੍ਹਾ ਇਕੱਠੇ ਹੋਏ ਜੇ ਤਾਂ ਹੀ ਤਾਂ ਸਿਆਣੇ ਕਹਿੰਦੇ ਹੁੰਦੇ ਸੀ ਮੈਂ ਦਾਦਾ ਜੀ ਕੀ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਸਾਰੇ ਚੱਟੇ ਵੱਟੇ ਇੱਕੋ ਥਾਂ ਇਕੱਠੇ